ਮਹਫਲਜਿੰਦਰ ਤੁਹਾਨੂੰ ਫੈਨ ਡਾਕਟਰ ਮੇਲਕਰ ਜੀ ਦੇ ਚੈਨਲ ਤੋਂ ਔਰ ਅੱਜ ਅਸੀਂ ਪਹੁੰਚੇ ਹਾਂ ਲੁਧਿਆਣੇ ਦੇ ਵਿੱਚ ਹਲਕਾ ਉਤਰੀ ਭੋਜਨ ਸਮਾਜ ਪਾਰਟੀ ਦੇ ਟੀਮ ਦੇ ਨਾਲ ਔਰ ਗੱਲਬਾਤ ਕਰਦੇ ਹਾਂ ਇੱਥੇ ਬਲਵਿੰਦਰ ਜੱਸੀ ਜੀ ਨਾਲ ਔਰ ਮੇਰੇ ਨਾਲ ਨੇ ਜਸਬੀਰ ਪੋਲ ਜੀ ਜੋ ਕਿ ਹਲਕਾ ਉਤਰੀ ਦੇ ਪ੍ਰਧਾਨ ਨੇ ਔਰ ਲੇਖਰਾਜ ਬਿਲਕਾ ਜੀ ਜੋ ਕਿ ਹਲਕਾ ਉਤਰੀ ਦੇ ਐਡਵਾਈਜ਼ਰ ਨੇ ਔਰ ਜੱਸੀ ਜੀ ਨਾਲ ਗੱਲਬਾਤ ਕਰਦੇ ਜੈਪੀਨ ਜੱਸੀ ਜੈ ਭਾਰਤ ਜੀ ਸਰ ਤੁਸੀਂ ਬਸਪਾ ਦੇ ਜੋ ਪਾਰਟੀ ਹੈ ਭੋਜਨ ਸਮਾਜ ਪਾਰਟੀ ਇਹਨੂੰ ਕਦੋਂ ਤੋਂ ਜੁਆਇਨ ਕੀਤਾ ਸਰ ਗੱਲ ਇਸ ਤਰ੍ਹਾਂ ਵੀ ਜੁਆਇਨਤਾ ਪਤਾ ਕਰੀ ਜੇਕਰ ਪਾਰਟੀ ਕੋ ਛੱਡੀ ਹੋਵੇ ਇਹ ਸਾਡੇ ਬਜ਼ੁਰਗਾਂ ਤੋਂ ਚਲਦੀ ਆ ਰਹੀ ਹੈ ਪਾਰਟੀ ਅਸੀਂ ਉਹਨੂੰ ਨਵਾਂ ਕੋ ਜੁਆਇਨ ਨਹੀਂ ਕੀਤਾ ਅਸੀਂ ਇਸ ਪਾਰਟੀ ਦੇ ਵਿੱਚ ਕੁਝ ਸਮੇਂ ਵਾਸਤੇ ਸਾਇਲੈਂਟ ਸੀਗੇ ਕੁਝ ਕਾਰਨ ਹੁੰਦੇ ਨੇ ਕੁਝ ਪਾਰਟੀ ਦਾ ਮਜਬੂਰੀਆਂ ਹੁੰਦੀਆਂ ਨੇ ਕੁਝ ਆਪਣੀਆਂ ਮਜਬੂਰੀਆਂ ਹੁੰਦੀਆਂ ਨੇ ਇਸ ਕਰਕੇ ਅਸੀਂ ਕੁਝ ਸਮੇਂ ਤੋਂ ਸਾਇਲੈਂਟ ਸੀਗੇ ਹੁਣ ਅਸੀਂ ਪਾਰਟੀ ਦੇ ਵਿੱਚ ਵੱਧ ਚੜ ਕੇ ਔਰ ਦਿਲ ਜਾਨ ਤੋਂ ਜਿਹੜਾ ਕੰਮ ਕਰ ਰਹੇ ਦਿਨ ਰਾਤ ਅਸੀਂ ਮਿਹਨਤ ਕਰ ਰਹੇ ਹਾਂ ਪਾਰਟੀ ਦੇ ਪ੍ਰਤੀ ਔਰ ਜਿਹੜੀ ਤੁਸੀਂ ਇਹ ਦਿਨ ਦਾਤ ਪਾਰਟੀ ਪ੍ਰਤੀ ਮਿਹਨਤ ਕਰਦੇ ਔਰ ਪੂਰੀ ਦਿਲਚਸਪੀ ਲੈ ਕੇ ਕੰਮ ਕਰ ਰਹੇ ਹੋ ਇਹ ਜੋ ਤੁਹਾਨੂੰ ਇੱਕ ਜਜ਼ਬਾ ਇਹ ਕਿੱਥੋਂ ਮਿਲਿਆ ਇਹ ਦੇਖੋ ਜਜ਼ਬਾ ਜਿਹੜਾ ਹੈਗਾ ਜਦੋਂ ਅਸੀਂ ਕਿਸੇ ਦ੍ਰਿਸ਼ਾ ਨੂੰ ਦੇਖਦੇ ਹਾਂ ਸਾਡੇ ਅਸੀਂ ਸਾਬ ਸ੍ਰੀ ਕਾਂਸੀ ਰਾਮ ਜੀ ਦੀ ਗੱਲ ਨੂੰ ਲੈਨੇ ਆ ਜਾਂ ਬਾਬਾ ਸਾਹਿਬ ਦੀ ਗੱਲ ਨੂੰ ਲੈਨੇ ਆ ਤੇ ਉਹਨਾਂ ਨੂੰ ਜਿਹੜਾ ਇਹ ਦ੍ਰਿਸ਼ਿ ਜਾਗਿਆ ਉਹਨਾਂ ਨੇ ਦੇਖਿਆ ਸਮਾਜ ਦੇ ਵਿੱਚ ਜਿਹੜੀਆਂ ਸਮਾਜ ਦੇ ਨਾਲ ਵਿਧੇਕੀਆਂ ਹੁੰਦੀਆਂ ਨੇ ਬਹੁਤ ਜ਼ਿਆਦਾ ਉਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਉਹ ਫਿਰ ਚੀਜ਼ਾਂ ਜਦੋਂ ਬਰਦਾਸ਼ਤ ਨਹੀਂ ਹੁੰਦੀਆਂ ਤੇ ਸਾਡੇ ਅੰਦਰ ਇੱਕ ਜਿਹੜਾ ਜਜ਼ਬਾ ਪੈਦਾ ਹੁੰਦਾ ਵੀ ਅਸੀਂ ਆਪਣੇ ਸਮਾਜ ਨੂੰ ਜਿਹੜਾ ਇੱਕ ਪਲੇਟਫਾਰਮ ਤੇ ਖੜਾ ਕਰੀਏ ਅਸੀਂ ਆਪਣੀ ਪਾਰਟੀ ਦੇ ਹੱਥ ਮਜ਼ਬੂਤ ਕਰੀਏ ਆਪਣੇ ਹਿੱਤਾਂ ਦੀ ਗੱਲ ਕਰੀਏ ਆਪਾਂ ਪਿੱਛੇ ਦੇਖਦੇ ਹਾਂ ਵੀ ਦੋ ਤਰੀਕ ਨੂੰ ਭਾਰਤ ਦਾ ਬੰਦ ਦਾ ਸੰਦੇਸ਼ ਸੀ ਉਹਦੇ ਵਿੱਚ ਸਾਡੇ ਸਮੁੱਚੇ ਭਾਈਚਾਰੇ ਨੇ ਬਹੁਤ ਜਨਾਨੇ ਸਾਥ ਦਿੱਤਾ ਔਰ ਉਹ ਜਿਆ ਸਰਨੇਸ਼ ਜਿਹੜਾ ਸੀ ਬਹੁਤ ਵਧੀਆ ਗਿਆ ਉਹ ਜਿਹੜਾ ਸੰਦੇਸ਼ ਸੀਗਾ ਉਹਦੇ ਜਾਣ ਦੇ ਨਾਲ ਕੀ ਹੋਇਆ ਸਾਡਾ ਸਮੁੱਚਾ ਜਿਹੜਾ ਭਾਈਚਾਰਾ ਸੀਗਾ ਵਿਖਰਿਆ ਹੋਇਆ ਸੀਗਾ ਉਹ ਸਾਰਾ ਇੱਕ ਪਲੇਟਫਾਰਮ ਤੇ ਇਕੱਠਾ ਹੋ ਗਿਆ ਸੋ ਅਸੀਂ ਇਹ ਆਪਣੇ ਭਾਈਚਾਰੇ ਨੂੰ ਨਾਲ ਲੈ ਕੇ ਸਾਰੇ ਨੂੰ ਅਗਰ ਮਜ਼ਬੂਤੀ ਦੇ ਨਾਲ ਕੰਮ ਕਰਦੇ ਆਂ ਤੇ ਬਹੁਤ ਜਨ ਸਮਾਜ ਪਾਰਟੀ ਦਾ ਉਹ ਦਿਨ ਦੂਰ ਨਹੀਂ ਕਿ ਅਸੀਂ ਭੈਣ ਜੀ ਨੂੰ ਪ੍ਰਧਾਨ ਮੰਤਰੀ ਜਿਹੜਾ ਕੁਝ ਸਮੇਂ ਦੇ ਵਿੱਚ ਵਿੱਚ ਅਸੀਂ ਪ੍ਰਧਾਨ ਮੰਤਰੀ ਜੀ ਇਹਨਾਂ ਨੂੰ ਦੇਖ ਸਕਦੇ ਆਂ ਜਿਵੇਂ ਕਿ ਜਸੀਂ ਆਪਾਂ ਹਲਕਾ ਉੱਤਰੀ ਦੀ ਗੱਲ ਕਰੀਏ ਹੋਰ ਇਲਾਕੇ ਦੇ ਬਜਾਏ ਤੇ ਸੁਣਨ ਵਿੱਚ ਆਇਆ ਕਿ ਹਲਕਾ ਉੱਤਰੀ ਜੋ ਹੈ ਭੋਜਨ ਸਮਾਜ ਪਾਰਟੀ ਵਧੀਆ ਕੰਮ ਕਰ ਰਹੀ ਹੈ ਔਰ ਜੋ ਤੁਹਾਡੀ ਕਾਰਸ਼ਾਲੀ ਉਹ ਤੇਜ ਆ ਜੀ ਕਿ ਇਹ ਤੁਸੀਂ ਕੀ ਸਮਾਜ ਲਈ ਇੱਦਾਂ ਦਾ ਕਰਦੇ ਹੋ ਕਿ ਕੀ ਤੁਸੀਂ ਨਵਾਂ ਲਿਆ ਰਹੇ ਹੋ ਬਸਪਾ ਦੇ ਵਿੱਚ ਜੋ ਕਿ ਲੋਕ ਤੁਹਾਡੇ ਨਾਲ ਜੁਆਇਨ ਹੋ ਰਹੇ ਆ ਜਾਂ ਤੁਹਾਡੇ ਪ੍ਰਤੀ ਜਾਗਰੂਕ ਹੋ ਰਹੇ ਆ ਦੇਖੋ ਸਰ ਪਹਿਲਾਂ ਤਾਂ ਗੱਲ ਇਹ ਆ ਵੀ ਅਸੀਂ ਪਾਰਟੀ ਦੇ ਵਿੱਚ ਰਹਿ ਗਏ ਅਸੀਂ ਕੋਈ ਲੀਡਰ ਨਹੀਂ ਹੈਗੇ ਅਸੀਂ ਇੱਕ ਸਮਾਜ ਦੇ ਸੇਵਾਦਾਰਾਂ ਪਾਰਟੀ ਦੇ ਸੇਵਾਦਾਰਾਂ ਜਦੋਂ ਅਸੀਂ ਕੋਈ ਵੀ ਕੰਮ ਸੇਵਾਦਾਰ ਬਣ ਕੇ ਕਰਦੇ ਆ ਨਾ ਜੀ ਤੇ ਉਹ ਕੰਮ ਜਿਹੜਾ ਹੈਗਾ ਬਹੁਤ ਹੀ ਅੱਛੇ ਢੰਗ ਨਾਲ ਹੁੰਦਾ ਔਰ ਸਮਾਜ ਜਿਹੜਾ ਆ ਉਹਦੇ ਨਾਲ ਜੁੜਦਾ ਆ ਅਸੀਂ ਸਮਾਜ ਦੇ ਵਿੱਚ ਜਾ ਕੇ ਦਿਨ ਰਾਤ ਮਿਹਨਤ ਕਰਦੇ ਆ ਉਹਨਾਂ ਦੇ ਵਿੱਚ ਅਸੀਂ ਬੈਠ ਕੇ ਨਾਲ ਉਹਨਾਂ ਦੇ ਬੈਠੇ ਗੱਲਾਂ ਜਦੋਂ ਕਰਦੇ ਆ ਤਾਂ ਉਹਨਾਂ ਨੂੰ ਆਪਣਾ ਪਨ ਅਸੀਂ ਸ਼ੋਅ ਕਰਦੇ ਆ ਉਹਨਾਂ ਦੇ ਬਹੁਤ ਜ਼ਿਆਦਾ ਗਿਲੇ ਸ਼ਿਕਵੇ ਨੇ ਜਿਵੇਂ ਪਾਰਟੀ ਪਿਛਲੇ ਸਮੇਂ ਤੋਂ ਡਾਊਨ ਫਾਲ ਰਹੀ ਆ ਇਹ ਸਾਰੇ ਆਪਾਂ ਜਾਣਦੇ ਆ ਵੀ ਪਾਰਟੀ ਡਾਊਨ ਫਾਲ ਰਹੀ ਆ ਉਹਦੇ ਕੁਝ ਕਾਰਨ ਹੋ ਸਕਦੇ ਆ ਜਦੋਂ ਅਸੀਂ ਜਾ ਕੇ ਉਹਨਾਂ ਦੇ ਵਿੱਚ ਵਿਚਰਦੇ ਆ ਉਹਨਾਂ ਦੇ ਨਾਲ ਦੁੱਖ ਸੁੱਖ ਸਾਂਝਾ ਕਰਦੇ ਆ ਤਾਂ ਕਾਫੀ ਉਹ ਸਾਨੂੰ ਸਵਾਲ ਕਰਦੇ ਨੇ ਜਦੋਂ ਅਸੀਂ ਉਹਨਾਂ ਨੂੰ ਸੰਤੁਸ਼ਟੀ ਜਨਕ ਜਵਾਬ ਦਿੰਨੇ ਆ ਤੇ ਉਹ ਉੱਠ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਜਾਂਦੇ ਆ ਪਿਛਲੇ ਦਿਨ ਹੀ ਅਸੀਂ ਆਰਤੀ ਚੌਂਕ ਦੇ ਨੇੜੇ ਕਿਸੀ ਅਸੀਂ ਬਾਲਮਿਕੀ ਭਾਈਚਾਰੇ ਦੇ ਨਾਲ ਅਸੀਂ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਤੇ ਉਹਨਾਂ ਦੇ ਜਿਹੜੇ ਆਗੂ ਲੀਡਰ ਸੀਗੇ ਉਹਨਾਂ ਨੇ ਬੈਠ ਕੇ ਜਦੋਂ ਸਾਡੇ ਵਿਚਾਰ ਸੁਣੇ ਤਾਂ ਉਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਚੱਲ ਪਏ ਉਹਨਾਂ ਨੇ ਕਿਹਾ ਵੀ ਅਸੀਂ ਅੱਜ ਤੋਂ ਬਾਸਪਾ ਜਿਹੜੀ ਬਸਪਾ ਜੁਆਇਨ ਕਰਾਂਗੇ ਤੇ ਨਾਲ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਬਸਪਾ ਦੀ ਜਿਹੜੀ ਹੈ ਕਾਰਜਸ਼ੈਲੀ ਉਹਨੂੰ ਤੇਜ਼ ਕਰਾਂਗੇ ਸੋ ਅਸੀਂ ਉਹਨਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਸਾਂਝੇ ਕਰਦੇ ਹਾਂ ਉਹਨਾਂ ਦੇ ਨਾਲ ਵਿਚਰਦੇ ਹਾਂ ਉਹਨਾਂ ਦੀ ਗੱਲ ਸੁਣਦੇ ਹਾਂ ਉਹ ਸਾਡੀ ਗੱਲ ਸੁਣ ਲਈ ਤਿਆਰ ਨੇ ਅਸੀਂ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਸਮਝ ਗਏ ਆਪਣੇ ਅੰਦਰ ਸਮਾ ਕੇ ਜਿਹੜਾ ਉਹਨਾਂ ਨੂੰ ਅਸੀਂ ਜੋ ਕੁਝ ਵੀ ਹੈ ਉਹਨਾਂ ਨੂੰ ਹਮਦਰਦੀ ਆ ਉਹ ਪ੍ਰਗਟਾਉਨੇ ਆ ਤੇ ਜਿਹੜੀਆਂ ਗੱਲਾਂ ਪਿੱਛੇ ਹੋ ਗਈਆਂ ਕੋਈ ਵੀ ਕਮੀਆਂ ਪੇਸ਼ੀਆਂ ਰਹਿ ਗਈਆਂ ਉਹ ਅਸੀਂ ਦੁਬਾਰਾ ਅਸੀਂ ਨਹੀਂ ਰਹਿਣ ਦਵਾਵਾਂਗੇ ਇਹ ਉਹਨਾਂ ਨਾਲ ਅਸੀਂ ਵਾਅਦਾ ਕਰਦੇ ਆ ਇਸ ਕਰਕੇ ਜਿਹੜਾ ਸਾਡਾ ਸਮਾਜ ਆ ਉਹ ਸਾਡੇ ਨਾਲ ਵੱਧ ਤੋਂ ਵੱਧ ਜਿਹੜਾ ਹੈਗਾ ਜੁੜਦਾ ਜਾ ਰਿਹਾ ਜੱਸੀ ਜਿਵੇਂ ਕਿ ਬਸਪਾ ਨੂੰ ਸੱਤਾ ਦੇ ਵਿੱਚ ਲਿਆਉਣ ਲਈ ਤੁਸੀਂ ਕੀ ਉਪਰਾਲੇ ਕਰ ਰਹੇ ਹੋ ਨਵੇਂ ਜਾਂ ਕੋਈ ਤੁਹਾਡੀ ਕੀ ਅੱਗੇ ਦੀ ਕੀ ਰਣਨੀਤੀ ਆ ਉਦੇ ਵਿੱਚ ਸਾਰੇ ਸਤਰਾੰਬੇ ਮੈਂ ਆਪਣੇ ਸਮੁੱਚੇ ਜਿੰਨੀਆਂ ਵੀ ਸਾਡੀਆਂ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਨੇ ਜਾਂ ਸਾਡੀਆਂ ਹੋਰ ਜਿੰਨੀਆਂ ਵੀ ਸੰਸਥਾਵਾਂ ਨੇ ਮੈਂ ਉਹਨਾਂ ਸਾਰਿਆਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਆ ਵੀ ਜੇਕਰ ਬੰਦਾ ਇੱਕ ਸਵੇਰ ਨੂੰ ਮਜ਼ਦੂਰੀ ਕਰਕੇ ਸ਼ਾਮ ਨੂੰ ਪੈਸਾ ਕਮਾ ਕੇ ਘਰ ਲਿਆਉਂਦਾ ਜੇਕਰ ਉਹਦਾ ਇਸਤੇਮਾਲ ਹੀ ਸਹੀ ਨਹੀਂ ਹੈਗਾ ਤਾਂ ਉਸ ਪੈਸਾ ਕਮਾਉਣ ਦਾ ਵੀ ਕੋਈ ਫਾਇਦਾ ਨਹੀਂ ਹੈ ਜਿੰਨੀਆਂ ਵੀ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਸੰਸਥਾਵਾਂ ਨੇ ਉਹ ਜਦੋਂ ਵੀ ਸੰਸਥਾਵਾਂ ਕੰਮ ਕਰਦੀਆਂ ਨੇ ਤੇ ਉਹਦਾ ਜਿਹੜਾ ਕ੍ਰੈਡਿਟ ਆ ਜੇਕਰ ਸਾਡੇ ਸਮਾਜ ਜਾਂ बसपा ਵੱਲ ਨੂੰ ਨਹੀਂ ਆਉਂਦਾ ਤਾਂ ਉਹ ਜਿਹੜਾ ਜਿੰਨਾ ਵੀ ਸਾਡਾ ਉਪਰਾਲਾ ਕੀਤਾ ਹੋਇਆ ਜਾਂ बसपा ਦਾ ਇੱਕ ਪਲੇਟਫਾਰਮ ਬਣਿਆ ਹੋਇਆ ਉਹਦੇ ਵਿੱਚ ਜਿਹੜਾ ਹੈਗਾ ਯੋਗਦਾਨ ਜਥੇਬੰਦੀਆਂ ਦਾ ਨਹੀਂ ਮਿਲਦਾ ਤੇ ਇਸ ਕਰਕੇ ਮੈਂ ਜਿੰਨੀਆਂ ਵੀ ਧਾਰਮਿਕ ਜਥੇਬੰਦੀਆਂ ਨੇ ਸੰਸਥਾਵਾਂ ਨੇ ਉਹਨਾਂ ਨੂੰ ਬੇਨਤੀ ਕਰਦਾ ਸਪੈਸ਼ਲ ਮੈਂ ਵੀ ਉਹ ਜਿਹੜਾ ਕ੍ਰੈਡਿਟ ਆ ਅਗਰ बसपा ਵੱਲ ਨੂੰ ਲੈ ਜਾਣਾ ਤੇ ਰਾਜ ਸਾਡੇ ਤੋਂ ਬਹੁਤੇ ਦਿਨ ਫਿਰ ਬਹੁਤਾ ਦੂਰ ਨਹੀਂ ਹੈ ਔਰ ਜਿਹੜੀ ਬੂਤਕਰੋ ਮਜਬੂਤ ਦੀ ਮੁਹਿੰਮ ਚੱਲ ਰਹੀ ਹੈ बसपा ਦੀ ਜੀ ਹਲਕਾ ਉੱਤਰੀ ਦੀ ਜੋ ਤੁਹਾਡੀ ਟੀਮ ਆ ਜੀ ਬੂਤ ਕਰੋ ਮਜਬੂਤ ਦੀ ਮੁਹਿੰਮ ਨੂੰ ਕਿਸ ਤਰੀਕੇ ਲੈ ਕੇ ਚੱਲ ਰਹੇ ਆ ਦੇਖੋ ਜੀ ਇਹਦੇ ਵਿੱਚ ਸਾਡੇ ਜਿਹੜੇ ਪੂਰੀ ਟੀਮ ਆ ਦਰਜਾ ਬਰ ਦਰਜਾ ਸਾਰਿਆਂ ਨੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸਾਰੇ ਬੰਦੇ ਅਸੀਂ ਆਪਣੇ ਆਪਣੇ ਕੰਮਕਾਰਾਂ ਤੋਂ ਫ੍ਰੀ ਹੋ ਕੇ ਸ਼ਾਮ ਨੂੰ ਜਦੋਂ ਇਕੱਠੇ ਹੁੰਨੇ ਆ ਤੇ ਸਾਡੇ ਪ੍ਰਧਾਨ ਜਸਵੀਰ ਪਾਲ ਜੀ ਜਿਹੜੇ ਨੇ ਉਹ ਅਗਵਾਈ ਕਰਦੇ ਨੇ ਸ਼ਾਮ ਦੀ ਵੀ ਆਪਾਂ ਕਿੱਥੇ ਜਾ ਕੇ ਮੀਟਿੰਗ ਕਰਨੀ ਕਿਵੇਂ ਮੀਟਿੰਗ ਕਰਨੀ ਆ ਤੇ ਸਾਡੇ ਨਾਲ ਬੈਠੇ ਨੇ ਬਿਲਗਾ ਜੀ ਸਾਡੇ ਹਲਕਾ ਉਤਰੀ ਦੇ ਜਿਹੜੇ ਐਡਵਾਈਜ਼ਰ ਨੇ ਹੋਰ ਵੀ ਜਿੰਨੇ ਸਾਡੇ ਸਾਥੀ ਸਹਿਬਾਨ ਨੇ ਉਹ ਸਾਰੇ ਜੇ ਅਸੀਂ ਸ਼ਾਮ ਨੂੰ ਮਿਹਨਤ ਕਰਦੇ ਆ ਅੱਗੇ 2-3 ਘੰਟੇ ਜਿਹੜੀ 4 ਘੰਟੇ ਮਿਹਨਤ ਕਰਦੇ ਆ ਉਸ ਬਾਰੇ ਅਸੀਂ ਬੂਥ ਕਰੋ ਮਜ਼ਬੂਤ ਦੀ ਜਿਹੜੀ ਮੁਹਮ ਹੈਗੀ ਆ ਇਹਨੂੰ ਅਸੀਂ ਹੋਰ ਜਿਹੜਾ ਮਜ਼ਬੂਤ ਕਰ ਰਹੇ ਹਾਂ ਉਹਦੇ ਬਾਰੇ ਮੇਰੇ ਵੱਡੇ ਵੀਰ ਜਸਵੀਰ ਪਾਲ ਜੀ ਹਲਕਾ ਉਤਰੀ ਦੇ ਪ੍ਰਧਾਨ ਉਹ ਜਾਣਕਾਰੀ ਦੇਣਗੇ ਜੀ ਤੁਹਾਨੂੰ ਹਾਂਜੀ ਸਰ ਜਿਹੜੀ ਬੂਥ ਕਰੋ ਮਜ਼ਬੂਤ ਦੀ ਮੁਹਿੰਮ ਆ ਇਹਦੇ ਤੁਸੀਂ ਇਹਨੂੰ ਕਿਸ ਤਰੀਕੇ ਨਾਲ ਲੈ ਕੇ ਚੱਲ ਰਹੇ ਹੋਗੇ ਬੂਥ ਕਰੋ ਮਜ਼ਬੂਤ ਦੀ ਮੁਹਿੰਮ ਸਾਡੇ ਪ੍ਰਧਾਨ ਪੰਜਾਬ ਪ੍ਰਧਾਨ ਰਿਸ਼ਪਾਲ ਰਾਜੂ ਜੀ ਨੇ ਜੋ ਸਾਨੂੰ ਹੁਕਮ ਲਾਇਆ ਸੀਗਾ ਵੀ ਤੁਸੀਂ ਘਰ ਘਰ ਜਾ ਕੇ ਗਲੀ ਗਲੀ ਮਹੱਲੇ ਮਹੱਲੇ ਜਾ ਕੇ ਨੁਕੜ ਮੀਟਿੰਗਾਂ ਕਰੋ ਔਰ ਨੁਕੜ ਮੀਟਿੰਗਾਂ ਕਰਕੇ ਬੂਥ ਨੂੰ ਮਜ਼ਬੂਤ ਕਰੋ ਔਰ ਉਹਨਾਂ ਦੀ ਦੱਸੇ ਹੋਏ ਹੁਕਮਾਂ ਦੇ ਅਨੁਸਾਰ ਅਸੀਂ ਰੋਜ਼ ਦਿੱਲੀ ਸ਼ਾਮ ਨੂੰ ਹਰ ਇੱਕ ਘਰ ਦੇ ਵਿੱਚ ਜਾ ਕੇ ਅਸੀਂ ਬੂਥ ਥਾਣੀਆਂ ਜੋ ਕਮੇਟੀਆਂ ਬਣਾਣੇ ਆ ਔਰ ਸੈਕਟਰ ਕਮੇਟੀਆਂ ਬਣਾਣੇ ਆ ਔਰ ਇਹਦੇ ਨਾਲ ਨਾਲ ਸਾਰੇ ਹੀ ਅਸੀਂ ਭੋਜਨ ਸਮਾਜ ਦੇ ਸਾਥੀਆਂ ਨੂੰ ਔਰ ਜਿੰਨੇ ਵੀ ਸਾਡੇ ਸਾਥੀ ਜੋ ਕਿਸੇ ਵੀ ਵਜ੍ਹਾ ਕਰਕੇ ਐ ਨਾਰਾਜ਼ ਬੈਠੇ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਆਓ ਆਪਾਂ ਇਸ ਮੁਹਿੰਮ ਦੇ ਸਾਰੇ ਜਣੇ ਹਿੱਸਾ ਬਣੀਏ ਔਰ ਆਉਣ ਵਾਲੇ 2019 ਵਿੱਚ ਭੈਣਜੀ ਨੂੰ ਪ੍ਰਧਾਨ ਮੰਤਰੀ ਬਣਾਈਏ ਮੈਂ ਇੰਨਾ ਹੋਇਆ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਆਖਦਾ ਧੰਨਵਾਦ ਸੋ ਸਰ ਤੁਸੀਂ ਇਸ ਚੈਨਲ ਰਾਹੀਂ ਜੋ ਸਾਡੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੋ ਤੁਹਾਡੀ ਬਸਪਾ ਬੋਝ ਸਮਾਜ ਪਾਰਟੀ ਉਹਦੇ ਥਰੂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਜ਼ੁਰਗਾਂ ਨੇ ਇੱਕ ਗੱਲ ਕਹੀ ਆ ਵੀ ਸਵੇਰ ਦਾ ਭੁੱਲਿਆ ਕਰ ਤੋਂ ਚਲੇ ਜਾਵੇ ਸ਼ਾਮ ਨੂੰ ਭੁੱਲ ਕੇ ਘਰ ਆ ਜਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਤੇ ਇਹਦੇ ਨਾਲ ਇੱਕ ਗੱਲ ਮੈਂ ਹੋਰ ਸਾਂਝੀ ਕਰਨੀ ਚਾਹਨਾ ਵਾਂ ਭੁੱਲਿਆ ਹੋਇਆ ਘਰ ਚਲੇ ਕੇ ਆ ਗਿਆ ਤੇ ਘਰਦਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਕੋਈ ਗੱਲ ਨਹੀਂ ਇਹ ਭੁੱਲ ਕੇ ਚਲੇ ਗਿਆ ਸੀ ਸੋ ਇਸ ਕਰਕੇ ਜਿੰਨੇ ਵੀ ਸਾਡੇ ਲੀਡਰ ਵਰਕਰ ਸਹਿਬਾਨ ਨੇ ਦਰਜਾ ਬਦਰਜਾ ਜੇਕਰ ਉਹ ਕਿਸੇ ਪਾਰਟੀ ਹੋਰ ਵਿੱਚ ਵੀ ਚਲੇ ਗਏ ਜਾਂ ਉਹ ਸਾਇਲੈਂਟ ਹੋ ਗਏ ਨੇ ਤੇ ਮੈਂ ਉਹਨਾਂ ਉਹਨਾਂ ਨੂੰ ਸਾਰਿਆਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਦੁਆਰਾ ਤੁਸੀਂ ਆਪਣੀ ਪਾਰਟੀ ਵਿੱਚ ਆਓ ਤੇ ਆਪਣੀ ਪਾਰਟੀ ਦਾ ਜਿਹੜਾ ਆਪਾਂ ਹੱਥ ਮਜ਼ਬੂਤ ਕਰਕੇ 2019 ਦੇ ਵਿੱਚ ਪੈਨ ਕੁਮਾਰੀ ਮਾਇਆਵਦੀ ਜੀ ਨੂੰ ਆਪਾਂ ਡਟ ਕੇ ਜਿਹੜਾ ਹੈਗਾ ਪ੍ਰਧਾਨ ਮੰਤਰੀ ਬਣਾਈਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਦੇ ਨਾਲ ਹੀ ਮੈਂ ਫੈਨ ਡਾਕਟਰ ਅੰਬੇਦਕਰ ਚੈਨਲ ਮੇਰੇ ਵੀਰ ਰਤੂ ਜੀ ਤੇ ਕੈਮਰੇ ਦੇ ਤੇ ਬੈਠੇ ਨੇ ਮੇਰੇ ਵੀਰ ਛੋਟੇ ਉਹਨਾਂ ਦਾ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਤੁਸੀਂ ਜਿਹੜਾ ਸਾਡੇ ਸਮਾਜ ਦੀਆਂ ਦਰਜਾ ਬਦਰਜਾ ਜਿਹੜੀਆਂ ਖਬਰਾਂ ਨੇ ਉਹ ਪੂਰੀ ਦੁਨੀਆ ਦੇ ਵਿੱਚ ਤੁਸੀਂ ਪਹੁੰਚਾਉਂਦੇ ਹੋ ਜੈਪੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੀ ਜੈਪੀਮ ਜੈ ਭਾਰਤ ਧੰਨਵਾਦ ਜੀ